ਦੱਸਦੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਪੋ ਆਪਣੀਆਂ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਜਿੱਤੀਆਂ ਨੇ, ਜਿਸ ਨਾਲ ਇਸ ਸਾਲ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਇਹਨਾਂ ਦੋਵਾਂ ਨੇਤਾਵਾਂ ਵਿਚਾਲੇ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਵੱਧ ਗਈ ਹੈ। ਦੋਵੇਂ ਆਗੂ ਆਪੋ ਆਪਣੀਆਂ ਪਾਰਟੀਆਂ ਦੇ ਸੁਭਾਵੀ ਉਮੀਦਵਾਰ ਹਨ। ਟਰੰਪ ਨੇ ਐਰੀਜ਼ੋਨਾ, ਫਲੋਰੀਡਾ, ਇਲੀਨੋਇਸ, ਕਸਾਸ ਅਤੇ ਓਹੀਓ ਵਿੱਚ ਆਸਾਨੀ ਨਾਲ ਪ੍ਰਾਇਮਰੀ ਚੋਣਾਂ ਜਿੱਤ ਲਈਆਂ ਹਨ, ਜਦੋਂ ਕਿ ਬਾਈਡੇਨ ਅਤੇ ਫਲੋਰੀਡਾ ਨੂੰ ਛੱਡ ਕੇ ਇਹਨਾਂ ਰਾਜਾਂ ਵਿੱਚ ਡੈਮੋਕ੍ਰੈਟਿਕ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਵੀ ਜਿੱਤੀਆਂ ਹਨ। ਫਲੋਰੀਡਾ ਅਤੇ ਡੈਮੋਕ੍ਰੈਟਿਕ ਪਾਰਟੀਆਂ ਨੇ ਆਪਣੀ ਪ੍ਰਾਇਮਰੀ ਨੂੰ ਰੱਦ ਕਰ ਦਿੱਤਾ ਅਤੇ ਬਾਈਡੇਨ ਨੂੰ ਆਪਣੇ ਸਾਰੇ 224 ਡੈਲੀਗੇਟਾਂ ਦਾ ਸਮਰਥਨ ਦਿੱਤਾ ਹੈ। ਇਸ ਦੇ ਨਾਲ ਹੀ ਓਹੀਓ ਵਿੱਚ ਸੈਨੇਟ ਪ੍ਰਾਇਮਰੀ ਵਿੱਚ ਟਰੰਪ ਸਮਰਥਿਤ ਕਾਰੋਬਾਰੀ ਬਰਨੀ ਮੋਰੇਨੋ ਨੇ ਓਹੀਓ ਦੇ ਮੁੱਖ ਚੋਣ ਅਧਿਕਾਰੀ ਫਰੈਂਕ ਲਾਰੋਜ ਅਤੇ ਮੈਟ ਡੋਲਨ ਸਮੇਤ ਦੋ ਦਾਅਵੇਦਾਰਾਂ ਨੂੰ ਹਰਾਇਆ ਹੈ। ਦੱਸਦੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਪੋ ਆਪਣੀਆਂ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਜਿੱਤੀਆਂ ਨੇ, ਜਿਸ ਨਾਲ ਇਸ ਸਾਲ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਇਹਨਾਂ ਦੋਵਾਂ ਨੇਤਾਵਾਂ ਵਿਚਾਲੇ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਵੱਧ ਗਈ ਹੈ। ਦੋਵੇਂ ਆਗੂ ਆਪੋ ਆਪਣੀਆਂ ਪਾਰਟੀਆਂ ਦੇ ਸੁਭਾਵੀ ਉਮੀਦਵਾਰ ਹਨ। ਟਰੰਪ ਨੇ ਐਰੀਜ਼ੋਨਾ, ਫਲੋਰੀਡਾ, ਇਲੀਨੋਇਸ, ਕਸਾਸ ਅਤੇ ਓਹੀਓ ਵਿੱਚ ਆਸਾਨੀ ਨਾਲ ਪ੍ਰਾਇਮਰੀ ਚੋਣਾਂ ਜਿੱਤ ਲਈਆਂ ਹਨ, ਜਦੋਂ ਕਿ ਬਾਈਡੇਨ ਅਤੇ ਫਲੋਰੀਡਾ ਨੂੰ ਛੱਡ ਕੇ ਇਹਨਾਂ ਰਾਜਾਂ ਵਿੱਚ ਡੈਮੋਕ੍ਰੈਟਿਕ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਵੀ ਜਿੱਤੀਆਂ ਹਨ। ਫਲੋਰੀਡਾ ਅਤੇ ਡੈਮੋਕ੍ਰੈਟਿਕ ਪਾਰਟੀਆਂ ਨੇ ਆਪਣੀ ਪ੍ਰਾਇਮਰੀ ਨੂੰ ਰੱਦ ਕਰ ਦਿੱਤਾ ਅਤੇ ਬਾਈਡੇਨ ਨੂੰ ਆਪਣੇ ਸਾਰੇ 224 ਡੈਲੀਗੇਟਾਂ ਦਾ ਸਮਰਥਨ ਦਿੱਤਾ ਹੈ। ਇਸ ਦੇ ਨਾਲ ਹੀ ਓਹੀਓ ਵਿੱਚ ਸੈਨੇਟ ਪ੍ਰਾਇਮਰੀ ਵਿੱਚ ਟਰੰਪ ਸਮਰਥਿਤ ਕਾਰੋਬਾਰੀ ਬਰਨੀ ਮੋਰੇਨੋ ਨੇ ਓਹੀਓ ਦੇ ਮੁੱਖ ਚੋਣ ਅਧਿਕਾਰੀ ਫਰੈਂਕ ਲਾਰੋਜ ਅਤੇ ਮੈਟ ਡੋਲਨ ਸਮੇਤ ਦੋ ਦਾਅਵੇਦਾਰਾਂ ਨੂੰ ਹਰਾਇਆ ਹੈ। ਦੱਸਦੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਪੋ ਆਪਣੀਆਂ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਜਿੱਤੀਆਂ ਨੇ, ਜਿਸ ਨਾਲ ਇਸ ਸਾਲ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਇਹਨਾਂ ਦੋਵਾਂ ਨੇਤਾਵਾਂ ਵਿਚਾਲੇ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਵੱਧ ਗਈ ਹੈ। ਦੋਵੇਂ ਆਗੂ ਆਪੋ ਆਪਣੀਆਂ ਪਾਰਟੀਆਂ ਦੇ ਸੁਭਾਵੀ ਉਮੀਦਵਾਰ ਹਨ। ਟਰੰਪ ਨੇ ਐਰੀਜ਼ੋਨਾ, ਫਲੋਰੀਡਾ, ਇਲੀਨੋਇਸ, ਕਸਾਸ ਅਤੇ ਓਹੀਓ ਵਿੱਚ ਆਸਾਨੀ ਨਾਲ ਪ੍ਰਾਇਮਰੀ ਚੋਣਾਂ ਜਿੱਤ ਲਈਆਂ ਹਨ, ਜਦੋਂ ਕਿ ਬਾਈਡੇਨ ਅਤੇ ਫਲੋਰੀਡਾ ਨੂੰ ਛੱਡ ਕੇ ਇਹਨਾਂ ਰਾਜਾਂ ਵਿੱਚ ਡੈਮੋਕ੍ਰੈਟਿਕ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਵੀ ਜਿੱਤੀਆਂ ਹਨ। ਫਲੋਰੀਡਾ ਅਤੇ ਡੈਮੋਕ੍ਰੈਟਿਕ ਪਾਰਟੀਆਂ ਨੇ ਆਪਣੀ ਪ੍ਰਾਇਮਰੀ ਨੂੰ ਰੱਦ ਕਰ ਦਿੱਤਾ ਅਤੇ ਬਾਈਡੇਨ ਨੂੰ ਆਪਣੇ ਸਾਰੇ 224 ਡੈਲੀਗੇਟਾਂ ਦਾ ਸਮਰਥਨ ਦਿੱਤਾ ਹੈ। ਇਸ ਦੇ ਨਾਲ ਹੀ ਓਹੀਓ ਵਿੱਚ ਸੈਨੇਟ ਪ੍ਰਾਇਮਰੀ ਵਿੱਚ ਟਰੰਪ ਸਮਰਥਿਤ ਕਾਰੋਬਾਰੀ ਬਰਨੀ ਮੋਰੇਨੋ ਨੇ ਓਹੀਓ ਦੇ ਮੁੱਖ ਚੋਣ ਅਧਿਕਾਰੀ ਫਰੈਂਕ ਲਾਰੋਜ ਅਤੇ ਮੈਟ ਡੋਲਨ ਸਮੇਤ ਦੋ ਦਾਅਵੇਦਾਰਾਂ ਨੂੰ ਹਰਾਇਆ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।